ਸਵਾਗਤ ਹੈ ਹੁਸ਼ਾਰਪਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਹਚੇਤਨ ਕਾ ਸ਼ਬ ਅ ਇਹ ਬੀਤੇ ਦਿਨ ਜਦੋਂ ਮੁਕੇਰੀਆਂ ਤਹਿਸੀਲ ਕੰਪਲੈਕਸ ਵੱਲੋਂ ਤਕਰੀਬਨ 28 ਲੱਖ ਰੁਪਏ ਦੇ ਕਰੀਬ ਬਿਜਲੀ ਦਾ ਬਿੱਲ ਜਮ੍ਹਾਂ ਨਾ ਕਰਵਾਉਣ ਤੇ ਇਹ ਬਿਜਲੀ ਵਿਭਾਗ ਵੱਲੋਂ ਮੁਕੇਰੀਆਂ ਤਹਿਸੀਲ ਕੰਪਲੈਕਸ ਦਾ ਕਨੈਕਸ਼ਨ ਕਰ ਦਿੱਤਾ ਗਿਆ ਸੀ ਉੱਥੇ ਹੀ ਜਦੋਂ ਅਧਾਰਾ ਹੁਸ਼ਾਰਪਰ ਨਿਊਜ਼ ਦੇ ਪੱਤਰਕਾਰ ਵੱਲੋਂ ਬਿਜਲੀ ਵਿਭਾਗ ਦੇ ਇੱਕ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮੁਕੇਰੀਆਂ ਸ਼ਹਿਰ ਦੇ ਬਹੁਤ ਸਾਰੇ ਸਰਕਾਰੀ ਵਿਭਾਗਾਂ ਵੱਲੋਂ ਬਿਜਲੀ ਦੇ ਬਿੱਲ ਅਦਾ ਨਹੀਂ ਕੀਤੇ ਗਏ ਹੈ ਜਿਨ੍ਹਾਂ ਵਿੱਚੋਂ ਕੁਝ ਕੁ ਵਿਭਾਗਾਂ ਦੇ ਕਨੈਕਸ਼ਨ ਹੈ ਜਿਹੜੇ ਉਹਨਾਂ ਵੱਲੋਂ ਕੱਟ ਦਿੱਤੇ ਗਏ ਐ ਸੋ ਕਿਸ-ਕਿਸ ਵਿਭਾਗ ਦਾ ਕਿੰਨਾ-ਕਿੰਨਾ ਬਿੱਲ ਬਾਕੀ ਰਹਿੰਦਾ ਉਸ ਬਾਬਤ ਵੀ ਮੈਂ ਵਿਸਥਾਰਪੂਰਵਕ ਜਾਣਕਾਰੀ ਦੇਾਂਗਾ ਸਭ ਤੋਂ ਪਹਿਲਾਂ ਇਹ ਗੱਲ ਕਰਾਂਗੇ ਮੁਕੇਰੀਆਂ ਤਹਿਸੀਲ ਕੰਪਲੈਕਸ ਦੀ ਜਿਸ ਦਾ ਕਿ 27 ਲੱਖ 90 ਹਜ਼ਾਰ ਰੁਪਏ ਜਿਹੜਾ ਬਿਜਲੀ ਦਾ ਬਿੱਲ ਪੈਂਡਿੰਗ ਸੀ ਜਿਸ ਵਿੱਚੋਂ ਕੁਝ ਰਾਸ਼ੀ ਹੈ ਜਿਹੜੀ ਤਹਿਸੀਲ ਕੰਪਲੈਕਸ ਵੱਲੋਂ ਜਮ੍ਹਾਂ ਕਰਵਾ ਦਿੱਤੀ ਗਈ ਐ ਜਿਸ ਤੋਂ ਬਾਅਦ ਤਹਿਸੀਲ ਕੰਪਲੈਕਸ ਦਾ ਕਨੈਕਸ਼ਨ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਐ ਔਰ ਇਸੇ ਤਰ੍ਹਾਂ ਹੀ ਇਹ ਮੁਕੇਰੀਆਂ ਦੇ ای او افس ਦਾ 88000 روپے ਦੇ ਕਰੀਬ ਦਾ بل ਪੈਂਡਿੰਗ ਸੀ ਜੋ ਕਿ ਉਸ ਵੱਲੋਂ ਜਮ੍ਹਾਂ ਕਰਵਾ ਦਿੱਤਾ ਗਿਆ ਹੈ ਔਰ ਇਹ بی ڈی پی او ਦਫ਼ਤਰ ਦਾ 2.5 ਲੱਖ روپے ਤੋਂ ਵਧੇਰੇ ਦਾ بجلی ਦਾ بل ਅਜੇ ਪੈਂਡਿੰਗ ਹੈ ਜੋ ਕਿ بی ڈی پی او ਦਫ਼ਤਰ ਵੱਲੋਂ ਜਮ੍ਹਾਂ ਨਹੀਂ ਕਰਵਾਇਆ ਗਿਆ ਹੈ ਜਿਸ ਤੇ ਚੱਲਦੇ ਆ بجلی ਵਿਭਾਗ ਵੱਲੋਂ بی ڈی پی او ਦਫ਼ਤਰ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਹੈ ਤੇ ਮੁਕੇਰੀਆਂ ਦਾ بی ڈی پی او ਦਫ਼ਤਰ ਹੁਣ ਪੂਰੀ ਤਰ੍ਹਾਂ ਨਾਲ ਹਨੇਰੇ 'ਚ ਡੁੱਬਿਆ ਹੋਇਆ ਹੈ ਤੇ ਇਸ ਤੋਂ ਇਲਾਵਾ ਰੈਸਟ ਹਾਊਸ ਜਿੱਥੇ ਕਿ ਵੱਡੇ ਵੱਡੇ ਅਧਿਕਾਰੀ ਅਤੇ ਵਿਧਾਇਕ ਜਾਂ ਮੰਤਰੀ ਸਾਹਿਬਾਨ ਆ ਕੇ ਮੀਟਿੰਗਾਂ ਕਰਦੇ ਨੇ ਉੱਥੋਂ ਦਾ ਬਿੱਲ ਵੀ ਰਹਿੰਦਾ ਹੈ 60000 ਰੁਪਏ ਦੇ ਕਰੀਬ ਦਾ ਜਿਹੜਾ ਰੈਸਟ ਹਾਊਸ ਮੁਕੇਰੀਆਂ ਦਾ ਬਿੱਲ ਪੈਂਡਿੰਗ ਹੈ ਔਰ ਬੀ ਐਂਡ ਆਰ ਆਫਿਸ ਜਨਕੀ ਪੀ ਡਬਲਯੂ ਡੀ ਦਾ 117000 ਰੁਪਏ ਦੇ ਕਰੀਬ ਜਿਹੜਾ ਬਿਜਲੀ ਦਾ ਬਿੱਲ ਪੈਂਡਿੰਗ ਹੈ ਔਰ ਸਭ ਤੋਂ ਵੱਡੀ ਅਮਾਉਂਟ ਹੈ ਜਿਹੜੀ ਮੁਕੇਰੀਆਂ ਦੇ ਸਿਵਲ ਹਸਪੀਟਲ ਦੀ ਹੈ 1 ਕਰੋੜ 13 ਲੱਖ ਰੁਪਏ ਬਿਜਲੀ ਦਾ ਬਿੱਲ ਹੈ ਜਿਹੜਾ ਮੁਕੇਰੀਆਂ ਦੇ ਸਿਵਲ ਹਸਪਤਾਲ ਵੱਲੋਂ ਅਦਾ ਨਹੀਂ ਕੀਤਾ ਗਿਆ ਹੈ ਇਸ ਬਾਬਤ ਜਾਣਕਾਰੀ ਮੁਕੇਰੀਆਂ ਦੇ ਬਿਜਲੀ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਵੱਲੋਂ ਦਿੱਤੀ ਗਈ ਹੈ ਕਿ ਮੁਕੇਰੀਆਂ ਦੇ ਸਿਵਲ ਹਸਪਤਾਲ ਵੱਲੋਂ 1 ਕਰੋੜ 13 ਲੱਖ ਰੁਪਏ ਦੇ ਕਰੀਬ ਦਾ ਬਿਜਲੀ ਦਾ ਬਿੱਲ ਅਦਾ ਨਹੀਂ ਕੀਤਾ ਗਿਆ ਹੈ ਮੁਕੇਰੀਆਂ ਤੋਂ ਹੁਸ਼ਰਪਰ نیوز ਦੇ ਨਾਲ ਦਿਲਬਖ ਸਿੰਘ ਗੁਰਾਇਤ ਦੀ ਰਿਪੋਰਟ ਕారణ ਜਿਉਂਕ ਪਾਵਰ ਕਾਮ ਵੱਲੋਂ ਤਸੀਲ ਕੰਪਲੈਕਸ ਦੇ ਵਿੱਚ ਜਿਹੜਾ ਡੇਲੀ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਤਾਂ ਕੀ ਕਾਰਨ ਸੀਗਾ ਜਿਹੜਾ ਤਸੀਲ ਕੰਪਲੈਕਸ ਦਾ ਕਨੈਕਸ਼ਨ ਡਿਫਾਲਟਿੰਗ ਅਮਾਉਂਟ ਉਹਨਾਂ ਦੀ ਜਿਹੜੀ 27 ਲੱਖ 90 ਹਜ਼ਾਰ ਖੜੀ ਸੀ ਤੇ ਕਾਫੀ ਸਮੇ ਤੋਂ ਸੀ ਪਹਿਲਾਂ ਵੀ ਇਸ ਵਾਰ ਦਾ ਕਨੈਕਸ਼ਨ ਲਾਕਡਾਊਨ ਤੋਂ ਪਹਿਲਾਂ ਵੀ ਇੱਕ ਵਾਰੀ ਡਿਸਕਨੈਕਟ ਕੀਤਾ ਸੀ ਉਦੋਂ ਕੁਝ ਪੈਸੇ ਆਏ ਉਤੋਂ ਬਾਅਦ ਕਰੋਨਾ ਦੀਆਂ ਕਰੋਨਾ ਦੇ ਆਉਣ ਕਰਕੇ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਕਨੈਕਸ਼ਨ ਜਿਹੜੇ ਬੰਦ ਕਰਨੇ ਵੀ ਐਮਰਜੈਂਸੀ ਸੁਵਾਵਾ ਕਰਕੇ ਬੰਦ ਕੀਤੇ ਸੀ ਦੁਆਰਾ ਹੁਣਾਂ ਨੂੰ 1 ਸਾਲ ਹੋ ਗਿਆ ਇਹਨਾਂ ਦੇ ਮਗਰ ਕਰੀਲੇ ਰਿਟਰਨ 'ਚ ਭੇਜ ਰਹੇ ਆ ਆਪ ਖੁਦ ਵੀ ਜਾ ਰਹੇ ਆ ਸਾਡੇ ਸਟਾਫ ਵੀ ਜਾ ਰਿਹਾ ਆ ਪਰ ਕਦੀ ਪੈਸਾ ਨਹੀਂ ਜਮਾ ਹੋਇਆ ਸੀ ਹੁਣ 27,90,000 ਮਾਉਂਡ ਆਨ ਕਰਕੇ ਤੇ ਇਹਦਾ ਕਨੈਕਸ਼ਨ 28-9 ਨੂੰ ਰਿਟਰਨ 'ਚ ਇੱਕ ਨੋਟਿਸ ਦਿੱਤਾ ਸੀ ਉਹਦੀ ਕੰਪਲੈਂਸ ਨਾ ਹੋਣ ਤੇ ਅੱਜ ਉਹਦਾ ਕਨੈਕਸ਼ਨ ਉਹਦਾ ਕੱਟਿਆ ਗਿਆ ਜੀ ਸਰ ਕਿਹੜੇ ਕਿਹੜੇ ਮੈਂਬਰ ਦਾ ਕਿੰਨਾ-ਕਿੰਨਾ ਜਿਹੜਾ ਬਕਾਇਆ ਜੀ ਹੁਣ ਤਹਿਸੀਲ ਕੰਪਲੈਕਸ ਦਾ ਹੈਗਾ ਜੀ ਇਹਦਾ 27,90,000 ਮਾਉਂਡ ਹੈ ਦੇ ਦੂਜਾ ਆਪਣਾ ای او ਦਫਤਰ ਦਾ ਯਾਰ ਉਹਦਾ 88000 ਹੈ ਉਹ ਵੀ ਉਹਨਾਂ ਦਾ ਉਹ ਵੇਲੇ ਉਹਨਾਂ ਦਾ ਜਮਾ ਹੋ ਗਿਆ ਹੈ ਉਹਨਾਂ ਜਮਾ ਕਰਵਾਤਾ ਇਹਦਾ 252000 ਬੀਡੀਪੀ ਆਫਿਸ ਦਾ ਯਾਰ ਉਹ ਵੀ ਕਨੈਕਸ਼ਨ ਕੱਟਿਆ ਹੋਇਆ ਹੈ ਅਜੇ ਤੱਕ ਉਹਨਾਂ ਦਾ ਕੋਈ ਪੈਸਾ ਨਹੀਂ ਜਮਾ ਹੋਇਆ 67740 ਰੁਪਏ ਰੈਸਟ ਹਾਊਸ ਦੇ ਹੈ ਉਹ ਵੀ ਪੈ ਉਹਨਾਂ ਦੇ ਵੀ ਪੈਂਡਿੰਗ ਹੈ 117000 ਇਸ ਦਾ بی این ਡੀ آر ਦਫਤਰ ਦਾ ਸੀਗਾ ਇਹਦੇ ਵਿੱਚ கரنٹ بیل ਵੀ ਵਿੱਚ ਪਾ ਗਏ ਸੀ ਉਹਨਾਂ ਵਿੱਚ ਉਹਨਾਂ ਨੇ ਕੁਝ ਪੈਸੇ ਕੱਲ ਜਮਾ ਕਰਵਾਤੇ ਆ 50000 ਰੁਪਏ ਦਾ ਜਮਾ ਹੋ ਗਿਆ ਬਾਕੀ ਉਹਨਾਂ ਨੇ ਅੱਜ ਜਮਾ ਕਰਾਉਣ ਦਾ ਕਿਹਾ ਸੀਗਾ ਸ਼ਾਇਦ ਉਹਨਾਂ ਦੇ ਵੀ ਜਮਾ ਹੋ ਗਏ ਹੋਣ ਕੋਈ ਰਿਪੋਰਟ ਨਹੀਂ ਆਈ ਇਹਦੇ ਵਿੱਚ ਸਭ ਤੋਂ ਵੱਧ ਅਮਾਉਂਟ ਜਿਹੜੀ ਹੈਗੀ ਸਿਵਲ ਹਸਪੀਟਲ ਦੀ ਐਸੈਂਸ਼ੀਅਲ ਸਰਵਿਸ ਆਨ ਕਰ ਗਈ ਉਹਨੂੰ ਕਟਿਆ ਨਹੀਂ ਗਿਆ ਉਹਦਾ 1 ਕਰੋੜ 13 ਲੱਖ ਰੁਪਏ ਮਗੇਰੀਆਂ ਦੇ ਅੰਦਰ ਉਹਦਾ ਵੀ ਪੈਂਡਿੰਗ ਬੀ ਹੋਇਆ ਸਭ ਜਿਹਦੀ ਜਿਹਦੀ ਅਮਾਉਂਟ ਅੱਜ ਜਮਾ ਹੋ ਚੁੱਕੀ ਹੈ ਕੀ ਉਹਨਾਂ ਦਾ ਕਨੈਕਸ਼ਨ ਜੋੜਿਆ ਗਿਆ ਦੁਵਾਰਾ ਆਹਾਂ ਜਿੱਦਾਂ ਬੀ ਐਂਡ ਆਰ ਦਾ ਆ ਉਹਨਾਂ ਨੇ ਆਪਣਾ ਕਰੰਟ ਬਿਲ ਨੂੰ ਰਹਿ ਗਿਆ ਉਹਨਾਂ ਦਾ ਪਿਛਲੀ ਉਹਨਾਂ ਨੇ ਮੌਨ ਲਗਭਗ ਜਮਾ ਹੀ ਕਰਵਾਤੀ ਹੈ ਉਹਨ ਦੂਜਾ ਜਿਹੜਾ ਆਪਣਾ ਤਹਿਸੀਲ ਕੰਪਲੈਕਸ ਆ ਉਹਦੇ ਵਿੱਚ ਉਹਨਾਂ ਦੇ 5 ਗ ਲੱਖ ਉਹਨਾਂ ਜਮ੍ਹਾਂ ਕਰਵਾਤਾ ਆ 5 ਗ ਉਹਨਾਂ ਦਾ ਕੱਲ ਸ਼ਾਮ ਤੱਕ ਜੂਗ ਕੇ ਉਹਨਾਂ ਦੇ ਤੇ ਟ੍ਰੈਜ਼ਰੀ ਚ ਸਿਰਫ ਰਹਿ ਗਿਆ ਹੋਣ ਵਾਲਾ ਉਹਨਾਂ ਸਾਨੂੰ ਰਿਟਰਨ ਚ ਭੇਜਦਾ 15 ਲੱਖ 47000 ਦਾ ਉਹਨਾਂ ਦਾ 10 ਦਿਨ ਦੇ ਵਿੱਚ ਵਿੱਚ ਜਮ੍ਹਾਂ ਕਰਾਉਂਦਾ ਉਹਨਾਂ ਨੂੰ ਮਨਜ਼ੂਰੀ ਮਿਲ ਗਈ ਆ ਉਹਦੀ ਲੈਟਰ ਵੀ ਉਹਨਾਂ ਰਿਟਰਨ ਵਿੱਚ ਸਾਨੂੰ ਉਹਦਾ ਭੇਜ ਦਿੱਤਾ 10 ਦਿਨ ਦਾ ਸਮਾਂ ਲੈ ਲਿਆ ਉਹਨੂੰ ਵੀ ਸ਼ਾਮ ਤੱਕ